ਬੇਟਾ ਨੈਕਸਟ ਆਪਾਂ ਗੱਲ ਕਰਾਂਗੇ ਕਿ ਭਾਰਤ ਦੇ ਸੰਵਿਧਾਨ ਵਿੱਚ ਜਿਹੜੇ ਸ਼ામਲ ਮੂਲਿਕ ਅਧਿਕਾਰ ਇਹ 6 ਪ੍ਰਕਾਰ ਦੇ ਨੇ ਰਾਈਟ ਆਫ ਇਕਵੈਲਟੀ ਫਰੀडम ਰਾਈਟ ਆਫ ਅਗੇਨਸਟ ਐਕਸਪਲੋਇਟੇਸ਼ਨ ਰਿਲੀਜੀਅਸ ਫਰੀडम ਕਲਚਰ ਐਂਡ ਐਜੂਕੇਸ਼ਨਲ ਰਾਈਟਸ ਰਾਈਟ ਟੂ ਕਨਸਟੀਟਿਊਸ਼ਨਲ ਰੈਮਡੀਜ਼ ਇਸ ਵੀਡੀਓ ਵਿੱਚ ਜਸਟ ਅਸੀਂ ਸਮਾਨਤਾ ਦੇ ਅਧਿਕਾਰ ਦੀ ਗੱਲ ਕਰਾਂਗੇ ਜੋ ਕਿ ਜਿਹੜੇ ਹੈ ਗਿਆ ਧਾਰਾ 14 ਤੋਂ ਲੈ ਕੇ ਧਾਰਾ 14 ਤੋਂ ਲੈ ਕੇ ਬਟਾ 14 ਤੋਂ ਲੈ ਕੇ 18 ਤੱਕ ਵਰਣਨ ਕੀਤਾ ਗਿਆ ਹੈ ਠੀਕ ਹੈ ਫਿਲਹਾਲ ਉਧਰ ਤਾਂ ਆਪਾਂ 12 ਤੋਂ ਸਟਾਰਟਿੰਗ ਹੁੰਦੀ ਹੈ ਤੇ 12 ਤੇ 13 ਵਿੱਚ ਕੀ ਵਰਨ ਕੀਤਾ ਕਿ 12 ਵਿੱਚ ਇਹ ਦੱਸਿਆ ਗਿਆ ਵਾ ਕਿ 12 ਵਿੱਚ ਜਸਟ ਸਾਡਾ ਸਟੇਟ ਕੀ ਆ ਇੰਡੀਆ ਕੀ ਆ ਇਹਦੇ ਸ਼ਬਦ ਜੇ ਤੁਸੀਂ ਰਾਜ ਰਾਜ ਨਾਲ ਰਿਲੇਟਡ ਸਟੇਟ ਨਾਲ ਰਿਲੇਟਡ ਪੂਰਾ ਚੈਪਟਰ ਈਡ ਕੀਤਾ ਹੋਏਗਾ ਠੀਕ ਹੈ ਕਿ ਸਟੇਟ ਕੀ ਹੈ ਸ਼ਬਦ ਕਿੱਥੋਂ ਆਇਆ ਤੇ ਇਸ ਵਿੱਚ ਉਹ ਕਿਹੜੇ ਕਿਹੜੇ ਕੰਡੀਸ਼ਨ ਹੋਣੀਆਂ ਚਾਹੀਦੀਆਂ ਚਾਹੀਦੀਆਂ ਨੂੰ ਸਟੇਟ ਕਿਹਾ ਜਾ ਸਕਦਾ ਉਹਦੇ ਬਾਰੇ ਵਰਨ ਕੀਤਾ ਜਿਵੇਂ ਇੰਡੀਆ ਵਾ ਤੇ ਸਟੇਟ ਨੂੰ ਆਮ ਤੌਰ ਤੇ 13 ਵਿੱਚ ਵਰਨ ਕੀਤਾ ਗਿਆ ਵਾ ਕਿ ਹਾਂ ਵੀ ਜਿਹੜਾ ਸਟੇਟ ਵਾ ਉਹ ਕਿਵੇਂ ਬਣਦਾ ਵਾ ਉਹ ਆਮ ਤੌਰ ਤੇ ਉਹਨੂੰ ਕਿਹਾ ਜਾਂਦਾ ਕਿ ਜਿਹੜੀ ਕਾਰਜਪਾਲਕ ਪਾਲਕਾ ਵਾ ਐਗਜ਼ੀਕਿਊਟਿਵ ਵਾ ਲੈਜਲੇਚਰ ਵਾ ਤੇ ਜੁਡੀਸ਼ਰੀ ਹੈ ਜੁਡੀਸ਼ਰੀ ਹੈ ਠੀਕ ਹੈ ਇਤਨੇ ਅੰਗ ਮਿਲ ਕੇ ਜਿਹੜੀ ਹੈਗੇ ਆ ਇਹ ਜਿਹੜੀ ਹੈ ਕਿ ਸਾਡੇ ਜਿਹੜੇ ਹੈਗੇ ਆ ਉਹ ਸਟੇਟ ਵਗੈਰਾ ਬਣ ਗਏ ਧਾਰਾ 13 ਵਿੱਚ ਉਹੀ ਵਰਣ ਕੀਤਾ ਗਿਆ ਹੈ ਕਿ ਕੋਈ ਵੀ ਸਿਧਾਂਤ ਲਗ ਹੋਣ ਤੋਂ ਪਹਿਲਾਂ ਕਨਸਟੀਟਿਊਸ਼ਨ ਸੌਰੀ ਬੇਟਾ 12 ਵਿੱਚ ਜਸਟ ਸਟੇਟ ਦਾ ਬਾਰੇ ਵਰਣ ਕੀਤਾ ਗਿਆ ਕਿ ਇਹਨਾਂ ਤਿੰਨਾਂ ਨੂੰ ਤਿੰਨ ਅੰਕਾਂ ਨੂੰ ਮਿਲ ਕੇ ਜਿਹੜੀ ਸਟੇਟ ਬਣਦੀ ਆ ਤਾਂਰਾ 13 ਵਿੱਚ ਜਿਹੜਾ ਗਾ ਵਰਣ ਕੀਤਾ ਗਿਆ ਹੈ ਇਹ ਸੱਦਾਂ ਦੇ ਲਾਗ ਹੋਣ ਤੋਂ ਪਹਿਲਾਂ ਜਿਹੜਾ ਵੀ ਕੋਈ ਕਾਨੂੰਨ ਹੋਵੇਗਾ ਜੇਕਰ ਉਹ ਅਧਿਕਾਰਾਂ ਦੇ ਵਿਰੁੱਧ ਵਾ ਤੋ ਉਹ ਖਤਮ ਕਰ ਦਿੱਤੇ ਜਾਣਗੇ ਜਦੋਂ ਸਾਡਾ ਕਨਸਟੀਟਿਊਸ਼ਨ ਬਣ ਗਿਆ ਹੈ 26 ਜਨਵਰੀ ਨੂੰ 1950 ਨੂੰ ਜੇਕਰ ਸਾਡਾ ਜਿਹੜਾ ਸੰਵਧਨ ਬਣ ਤੋ ਬਾਦ ਲਗਭਗੋਂ ਤੋਂ ਪਹਿਲਾਂ ਜੇਕਰ ਕੋਈ ਕਾਨੂੰਨ ਕੋਈ ਕਾਨੂੰਨ ਇਹੋ ਜਿਹਾ ਵਾ ਜਿਹੜਾ ਅਧਿਕਾਰਾਂ ਦੇ ਵਿਰੁੱਧ ਵਾ ਉਹ ਖਤਮ ਕਰ ਦਿੱਤੇ ਜਾਣਗੇ ਉਹ ਸੈਕੰਡਲੀ ਰਾਜ ਕੋਈ ਵੀ ਇਹੋ ਜਿਹਾ ਕਾਨੂੰਨ ਨਹੀਂ ਬਣਾਵੇਗਾ ਜੋ ਅਧਿਕਾਰਾਂ ਦੀ ਉਲੰਘਣਾ ਕਰਦਾ ਹੋਵੇਗਾ ਮੈਕਸਿਮਮ ਸਰਕਾਰਾਂ ਦੀ ਕੋਸ਼ਿਸ਼ ਹੋਵੇਗੀ ਕਿ ਮੈਂ ਇਹੋ ਜਿਹਾ ਕੋਈ ਕਾਨੂੰਨ ਨਾ ਬਣਾਵਾਂ ਜਿਹੜਾ ਅਧਿਕਾਰਾਂ ਨੂੰ ਖਤਮ ਕਰਦਾ ਹੋਵੇਗਾ ਹੁਣ ਆਪਾਂ ਐਕਸਪਲੇਨ ਕਰਾਂਗੇ ਸਮਾਨਤਾ ਦੇ ਅਧਿਕਾਰ ਦੇ ਵਿੱਚ ਸਮਾਨਤਾ ਦਾ ਅਧਿਕਾਰ ਹੈਗਾ ਧਾਰਾ 14 ਤੋਂ ਲੈ ਕੇ 18 ਤੱਕ ਠੀਕ ਹੈ ਕਹਿੰਦੇ ਕਿ ਸਤੰ ਅਜ਼ਾਦੀ ਤੋਂ ਮਲਪੇ ਪਹਿਲਾਂ ਭਾਰਤ ਵਿੱਚ ਲੋਕਾਂ ਨਾਲ ਜਾਤ ਧਰਮ ਰੰਗ ਨਸਲ ਦੇ ਦਾਤੇ ਕਾਫੀ ਵਿਤਕਰਵ ਵਗੈਰਾ ਹੁੰਦਾ ਸੀ ਤੇ ਇਹਨਾਂ ਨੂੰ ਧਿਆਨ ਵਿੱਚ ਰੱਖ ਕੇ ਜਿਹੜੇ ਸਾਡੇ ਰਾਸ਼ਟਰ ਦੇ ਨਿਰਮਾਤਾ ਸੀ ਉਹਨਾਂ ਨੇ ਫਸਟ ਆਫ ਆਲ ਜਿਹੜਾ ਹੈਗਾ ਸਮਾਨਤਾ ਦਾ ਅਧਿਕਾਰ ਬਣਾ ਕੀਤਾ ਕਿ ਸਭ ਤੋਂ ਪਹਿਲਾਂ ਜਿਹੜਾ ਡਿਸਕ੍ਰਿਮੀਨੇਸ਼ਨ ਹੋ ਰਿਹਾ ਹੈ ਲੋਕਾਂ ਦੇ ਵਿੱਚ ਉਹਨੂੰ ਖਤਮ ਕੀਤਾ ਜਾਵੇ ਉਹਨਾਂ ਨੇ 1 ਬਾਈ 1 ਇਸ ਚੀਜ਼ ਦਾ ਵਰਣ ਕੀਤਾ ਹੈ ਤਈ ਉਹਨੂੰ ਕਿਹਾ ਜਾਂਦਾ ਹੈ ਕਿ ਬਹੁਤ ਜਿਦਾ ਵਿਸਤ੍ਰਿਤ ਵਿਆਪਕਾ ਸਾਡੇ ਸੰਵਿਧਾਨ ਵਿੱਚ ਵਰਣ ਕੀਤਾ ਹੈ ਫਸਟ ਹਾਫ 14 14 ਆਰਟੀਕਲ ਵਿੱਚ ਕੀ ਆ ਗਿਆ ਕਿ ਸਾਰੇ ਲੋਕ ਰਾਸ਼ਟਰਪਤੀ ਤੋਂ ਲੈ ਕੇ ਇੱਕ ਆਮ ਨਾਗਰਿਕ ਤੱਕ ਜਿਹੜਾ ਹੈਗਾ ਸਾਰੇ ਕਾਨੂੰਨ ਦੇ ਸਾਹਮਣੇ ਸਮਾਨ ਹਨਗੇ ਇਸ ਲਈ ਇਹਨੂੰ ਇਹ ਵੀ ਕਿਹਾ ਜਾਂਦਾ ਹੈ ਕਿ ਸਾਡੇ ਇੰਡੀਆ ਵਿੱਚ ਕਾਨੂੰਨ ਦਾ ਸ਼ਾਸਨ ਹੈ ਰੂਲ ਆਫ ਲਾ ਸੈਕੰਡਲੀ 15 ਧਾਰਾ ਵਿੱਚ ਕੀ ਆ ਗਿਆ ਕਿ ਕਿਸੇ ਦੇ ਨਾਲ ਵੀ ਜਿਹੜਾ ਜਾਤ ਧਰਮ ਰੰਗ ਨਸਲ ਦੇ ਆਧਾਰ ਤੇ ਕੋਈ ਵੀ ਕਾਸਟ ਕ੍ਰੀਡ ਰਿਜ਼ਿਨੇ 'ਤੇ ਕੋਈ ਵੀ ਵਿਤਕਰਾ ਨਹੀਂ ਕੀਤਾ ਜਾਏਗਾ ਸਪੈਸ਼ਲੀ ਸਰਜਨਿਕ ਸਮਵਸਥਾਨਾਂ ਤੇ ਸਰਜਸਥਾਨਾਂ ਜਿਹੜੀ ਹੁੰਦੀ ਹੈ ਬਟਾ ਜਿਵੇਂ ਹਸਪੀਟਲ ਵਗੈਰਾ ਹੋਗੇ ਠੀਕ ਆ 에어ਪੋਰਟ ਹੋਗੇ ਜਿਹੜੇ ਸਰਕਾਰ ਦੁਆਰਾ ਸਥਾਨ ਬਣਾਏ ਗਏ ਪਲੇਸਿਸ ਬਣਾਏ ਗਏ ਉੱਥੇ ਕਦੇ ਵੀ ਡਿਸਕ੍ਰਿਮੀਨੇਸ਼ਨ ਨਹੀਂ ਕੀਤਾ ਜਾਵੇਗਾ ਔਰ ਨੈਕਸਟ ਐਕਟ 16 ਵਿੱਚ ਕੀ ਆ ਗਿਆ ਹੈ ਕਿ ਸਾਰਿਆਂ ਨੂੰ ਜਦੋਂ ਅਫਸਰ ਮਪੀ ਜਿਹੜੇ ਮੌਕੇ ਆ ਉਹਦੇ ਵਿੱਚ ਸਮਾਨਤਾ ਦਿੱਤੀ ਜਾਏਗੀ ਇੱਕ ਐਗਜ਼ਾਮਪਲ ਆ ਜਿਵੇਂ ਫੌਜੀ ਭਰਤੀ ਹੁੰਦੀ ਆ ਉਹਦੇ ਚਿਹਰੇ ਨਹੀਂ ਵੇਖਿਆ ਜਾਏਗਾ ਕਿ ਇਹ ਸਿੱਖ ਜਾਤ ਦਾਵਾ ਹਿੰਦੂ ਦਾਵਾ ਮੁਸਲਮਾਨ ਦਾਵਾ ਜੇ 크ਰਿਸਚੀਅਨ ਜਿਹੜਾ ਵੀ ਆਪਣੀ ਕੁਆਲਟੀ ਸੋ ਉਹਨਾਂ ਨੂੰ ਫੋਲੋ ਪੂਰੀਆਂ ਕਰਦਾ ਉਹਨੂੰ ਉਸ ਨੂੰ ਮਤਲਬੀ ਮੌਕਾ ਦਿੱਤਾ ਜਾਏਗਾ ਠੀਕ ਹੈ ਤੇ ਪਾਕਿਸਤਾਨੀਆਂ ਵੀ ਸਰਕਾਰੀ ਨੌਕਰੀਆਂ ਹੋਣਗੀਆਂ ਉਹਦੇ ਵਿੱਚ ਉਹਨਾਂ ਨੂੰ ਸਮਾਨਤਾ ਦਿੱਤੀ ਚਾਹੀਦੀ ਫਿਰ ਇਹ ਕਿ ਇਹਦੇ ਵਿੱਚ ਹੋਰ ਚੀਜ਼ ਐਡ ਕੀਤੀ ਜਾਂਦੀ ਗਈ ਆ ਕਿ ਜਿਹੜੀ ਸਵਨ ਜਾਤੀ ਹੈ ਜਿਹਨੂੰ ਆਪਾਂ ਜਨਰਲ ਕਾਸਟ ਕਹਿੰਦੇ ਆ ਤੇ ਲੋਕਾਂ ਨੇ ਮਲਭੀ ਐਬਜੈਕਸ਼ਨ ਕੀਤਾ ਸੀ ਕਿ ਜਿਹੜੇ ਜਨ ਕਾਸਟ ਵਾਲੇ ਆ ਜੇਕਰ ਉਹ ਆਰਥਿਕ ਤੌਰ ਤੇ ਪਛੜੇ ਪਏ ਆ ਗਰੀਬ ਆ ਠੀਕ ਹੈ ਚਲੋ ਕਾਸਟ ਵਾਲੇ ਆ ਉਹਨਾਂ ਨੂੰ ਵੀ ਸੀਟਾਂ ਰਿਜ਼ਰਵ ਕੀਤੀਆਂ ਜਾਣ। ਜਿਵੇਂ ਐਸ.ਸੀ.ਬੀ.ਸੀ ਨੂੰ ਸੀਟਾਂ ਅਰਜ਼ਰ ਰੱਖੀਆਂ ਜੰਦੀਆਂ ਹਨ ਉਹਨਾਂ ਨੇ ਸੀਟਾਂ ਅਰਜ਼ਰ ਰੱਖਿਆ ਕਿ ਉਹ ਇਸ ਮਤਲਬ ਜਿਹੜਾ ਹੈਗਾ ਕਾਨੂੰਨ ਤੋਂ ਉਹ ਮਤਲਬ ਪਾਸ ਕਰਕੇ ਸੀ। ਫਿਰ ਸੁਪਰੀਮੇ ਕੋਰਟ ਨੇ ਕਿਹਾ ਸੀ ਸਰਕਾਰਾਂ ਨੂੰ ਕਿਹਾ ਸੀ ਕਿ ਵਾਕਈ ਇਹ ਚੀਜ਼ ਉਹਨਾਂ ਤੇ ਜਿਹੜੀ ਹੈ ਜਾਇਜ਼ ਮੰਗਵਾ। ਤੇ ਫਿਰ ਇਹ ਮੰਗ ਮੰਨੀ ਗਈ ਸੀ ਤੇ ਚਲੋ ਜਿਹੜੀ ਕਾਸਟ ਵਾਲੇ ਲੋਕ ਆ ਉਹਨਾਂ ਲਈ ਵੀ ਜਿਹੜੀਆਂ ਸੀਟਾਂ ਰੱਖਣਿਆ ਰੱਖਣ ਦੀ ਵਿਵਸਥਾ ਕੀਤੀ ਗਈ ਕਿ 10% ਉਹਨਾਂ ਨੂੰ ਸੀਟਾਂ ਦਿੱਤੀਆਂ ਜਾਣਗੀਆਂ। ਨੈਕਸਟ ਹੈ 17 ਬੜਾ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਆ ਜਿਹੜਾ ਹੈਗਾ 17 ਜਿਹੜਾ ਹੈ ਮੌਲਕ ਦਿਖਾਰਵਾ ਇਹਦੇ ਬਾਰ-ਬਾਰ ਬੈਸਮੈਨ ਕਵਸਚਨ ਆਇਆ ਜਾਂਦਾ ਹੈ ਕਿ ਸ਼ੂ ਸ਼ਾਦੀ ਬਨਾਈ ਆ ਆਮ ਤੌਰ ਤੇ ਤੁਸੀਂ ਆਮ ਜਿਹੀ ਪੰਡਾ ਚ ਦੇਖ ਦੇਖ ਸਕਦੇ ਹੋ ਠੀਕ ਆ ਕਿ ਲੋਕੀ ਜਿਹੜੇ ਉੱਚੀਆਂ ਜਾਤਾਂ ਵਾਲੇ ਹੁੰਦੇ ਨੇ ਮੈਂ ਸਾਰੇ ਬਾਰੇ ਗੱਲ ਕਰੀ ਮੈਕਸਿਮਮ ਇਸ ਚੀਜ਼ ਹੁੰਦੀ ਪਾਈ ਜਾਂਦੀ ਆ ਉਹਨਾਂ ਨਾਲ ਅਜੇ ਵੀ ਜਾਤ ਧਰਮ ਨਾਂ ਤੇ ਜਿਹੜਾ ਹੈਗਾ ਵਿਤਕਰਾ ਕੀਤਾ ਜਾਂਦਾ ਹੈ ਅਜੇ ਵੀ ਸਾਡੇ ਸੰਵਧਾਨ ਵਿੱਚ ਕਿਹਾ ਗਿਆ ਕਿ ਜੇਕਰ ਤਹਾਡੇ ਨਾਲ ਤੁਹਾਡੇ ਰਾਈਟ ਹੈ ਜੇਕਰ ਤੁਹਾਡੇ ਨਾਲ ਕੋਈ ਛਾਤ ਨੂੰ ਲੈ ਕੇ ਧਰਮ ਨੂੰ ਲੈ ਕੇ ਜਿਸ ਕਰਕੇ ਕਿ ਤੂੰ ਲੜਕੀ ਆ ਜਾਂ ਲੜਕਾ ਕੋਈ ਵੀ ਤਰ੍ਹਾਂ ਇਹ ਲੈ ਕੇ ਕੋਈ ਵਿਤਕਰਾ ਕਰਦਾ ਵਾ ਤਾਂ ਤੁਸੀਂ ਉਹਦੇ ਵਿਰੁੱਧ ਕੇਸ ਦਾਇਰ ਕਰ ਸਕਦੇ ਹੋ ਤਾਂ ਉਸ ਵਿਅਕਤੀ ਨੂੰ ਜਿਹੜਾ ਹੈਗਾ ਵਾ 2 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ 100 ਰੁਪਏ ਤੋਂ ਲੈ ਕੇ ਉਹਦਾ ਜਿਹੜਾ ਹੈਗਾ ਵਾ ਸਜ਼ਾ ਹ ਤੱਕ ਜਿਹੜਾ ਕੋ ਨੂੰ ਜੁਰਮਾਨਾ ਹੋ ਸਕਦਾ ਹੈ ਠੀਕ ਹੈ ਨੈਕਸਟ ਹੈ ਉਪਾਧੀਆਂ ਦਾ ਖਤਮਾ ਠੀਕ ਹੈ ਜਿੱਦਾਂ ਟਾਈਟਲ ਅਪਣਾ ਲਿੰਦਾ ਸੀ ਕੋਈ ਜਦਾ ਕੋਈ ਮਹਾਰਾਜਾ ਕਹਿ ਲਿਆ ਆਪਣੇ ਆਪ ਨੂੰ ਮਹਾਰਾਜਾ ਕਹਿ ਲਿਆ ਜਾਂ ਕੋਈ ਵੀ ਉਪਾਦੀ ਵਗੈਰਾ ਜਾਂ ਸ਼ੇਰੇ ਪੰਜਾਬ ਕੁਝ ਵੀ ਉਪਾਦੀ ਵਗੈਰਾ ਉਹ ਹੁਣ ਕੋਈ ਵੀ ਆਦਮੀ ਜਿਹੜਾ ਨਾਗਰਿਕ ਆ ਉਹ ਨਹੀਂ ਅਪਣਾ ਸਕਦਾ ਵਿਦਆਊਟ ਸਰਕਾਰ ਦੀ ਪਰਮਿਸ਼ਨ ਦੇ ਬਿਨਾ ਕੁਝ ਉਪਾਦੀਆਂ ਲੈ ਸਕਦੇ ਨੇ ਜਿਹੜੀਆਂ ਤੇ ਵਿਦਿਅਕ ਐਜੂਕੇਸ਼ਨ ਦੇ ਧਾਰੇ ਵਿੱਚ ਹੋਣ ਠੀਕ ਆ ਜਾਂ ਰਾਸ਼ਟਰਪਤੀ ਵਗੈਰਾ ਦਿੰਦਾ ਹੋਵੇ ਉਪਾਦੀਆਂ ਸੈਨਿਕ ਖੇਤਰ ਵਿੱਚ ਹੋਣ ਜਾਂ ਵਿਦਿਅਕ ਉਪਾਦੀਆਂ ਇਹਨਾਂ ਨੂੰ ਛੱਡ ਕੇ ਹੋਰ ਕੋਈ ਵੀ ਜੜੀਏ ਉਪਾਤ ਨਹੀਂ ਲੈ ਸਕਦਾ ਮੰਨ ਲਓ ਕਿ ਤੁਸੀਂ ਫਾਰਮ ਵਿੱਚ ਰਹਿ ਰਹੇ ਹੋ ਠੀਕ ਹੈ ਕੋਈ ਕੈਨੇਡਾ ਜਾਂ ਕਿਸੇ ਤਰ੍ਹਾਂ ਰਹਿ ਰਹੇ ਹੋ ਤੁਸੀਂ ਤਾਂ ਬਹੁਤ ਵਧੀਆ ਕੰਮ ਕੀਤਾ ਤਾਂ ਤੁਹਾਨੂੰ ਉਥੋਂ ਦੀ ਸਰਕਾਰ ਤੁਹਾਨੂੰ ਕੋਈ ਉਪਾਦੀ ਦੇਣਾ ਚਾਹੁੰਦੀ ਕੋਈ ਟਾਈਟਲ ਦੇਣਾ ਚਾਹੁੰਦੀ ਹੈ ਪਰ ਤੁਹਾਨੂੰ ਆਪਣੇ ਸਰਕਾਰ ਦੀ ਇੰਡੀਆ ਦੀ ਸਰਕਾਰ ਦੀ ਪਰਮਿਸ਼ਨ ਲੈਣੀ ਪਵੇਗੀ ਠੀਕ ਹੈ ਇਸੇ ਸਮਾਨਤਾ ਦੇ ਅਧਿਕਾਰ ਨੈਕਸਟ ਆਪਾਂ ਵੀਡੀਓ ਵਿੱਚ ਕਰਾਂਗੇ ਸ tựਤਤਾ ਦੇ ਅਧਿਕਾਰ ਆਈ ਹੋਪ ਤੁਹਾਨੂੰ ਇਹ ਚੀਜ਼ ਸਮਝ ਆ ਗਈ ਹੋਵੇਗੀ ਅਗਰ ਫਿਰ ਵੀ ਕੋਈ ਡਾਊਟ ਹੋਏ ਤੇ ਬੇਟਾ ਤੁਸੀਂ ਕਮੈਂਟ ਬਾਕਸ ਵਿੱਚ ਲਿਖ ਕੇ ਪੁੱਛ ਸਕਦੇ ਹੋ ਥੈਂਕਸ